ਯੌਮ ਅਰਫਾ, ਔਰ ਯੌਮ ਅਰਫਾ ਸਾਡੇ ਹੁਕਮ ਹੋ ਗਿਆ ਭਾਈ ਤੁਸੀਂ ਜੇ ਮੱਕਾ ਨਹੀਂ ਜਾ ਸਕੇ ਤੇ ਤੁਸੀਂ ਇੱਥੇ ਹੀ ਰੋਜ਼ਾ ਰੱਖੋ। ਇਹ ਰੋਜ਼ਾ ਇੱਕ ਦਿਨ ਦਾ ਜਿਹੜਾ ਇਹਦੇ ਨਾਲ, ਇੱਕ ਸਾਲ ਪਿਛਲਾ, ਇੱਕ ਸਾਲ ਜਿਹੜਾ ਅਜੇ ਆਇਆ ਵੀ ਨਹੀਂ। ਇਹਦੇ ਅੰਦਰ ਤੁਹਾਡੇ ਕੋਲ ਜਿਹੜੇ ਛੋਟੇ ਮੋਟੇ ਗਲਤ ਕੰਮ ਹੋਣਗੇ ਅੱਲਾਹ ਤਾਲਾ ਮਾਫ਼ ਕਰ ਦੂਗਾ, ਬਖਸ਼ ਦੂਗਾ। ਇਸ ਬਾਰੋਂ ਇਹ ਰੋਜ਼ੇ ਦੀ ਫਿਕਰ ਕਰੋ, ਸੋਮਵਾਰ ਦਾ ਰੋਜ਼ਾ ਰੱਖੋ, ਘਰਦਿਆਂ ਨੂੰ ਵੀ ਤਰਗੀਬ ਦਿਓ, ਬੜੀ ਫਜ਼ੀਲਤ ਵਾਲੀ ਬਾਤ ਹੈ। ਇੱਕ ਦਿਨ ਦੇ ਸਿਰਫ ਅਮਲ ਦਾ ਅੱਲਾਹ ਤਾਲਾ ਇਨਾਮ ਦੇਵੇ ਕਿ ਇੱਕ ਸਾਲ ਪਿਛਲਾ ਔਰ ਇੱਕ ਸਾਲ ਆਉਣ ਵਾਲਾ ਜਿਹੜਾ ਹੈ ਇਹਦੇ ਗੁਨਾਹ ਔਰ ਗਲਤੀਆਂ ਬਖਸ਼ ਦੇ, ਬੜੀ ਰੱਬ ਦੀ ਕਰਮ ਨਵਾਜ਼ੀ। ਹਮ ਪਾਕਿਸਤਾਨ ਕੇ ਐਤਵਾਰ ਕੇ ਦਿਨ 8 ਦਿਨ ਦਾ ਇੱਕ ਅਰਫਾ ਕੇ ਰੋਜ਼ਾ ਰੱਖੇਂਗੇ, ਬਿਆਨ ਫਰਮਾ ਦੇ। ਨਹੀਂ, ਐਤਵਾਰ ਦੇ ਦਿਨ ਕੋਈ ਨਹੀਂ ਰੱਖਣਾ, ਅਸੀਂ ਉਹਨਾਂ ਦੀ 8 ਦਿਨ ਰਾਜ ਨੂੰ ਕੀ ਕਰਨਾ, ਜਿਹੜਾ ਸਾਡਾ 9ਵਾਂ ਦਿਨ ਹੋਊਗਾ ਨਾ ਅਸੀਂ ਉਸ ਦਿਨ ਰੱਖਾਂ, ਬਾਕੀ ਉਸ ਤਰ੍ਹਾਂ ਦੇ 9 ਦੇ 9 ਦਿਨ ਹੀ ਕੋਈ ਰੱਖੇ ਬਿਸਮਿਲ, ਨੇਕੀ ਨੇਕੀ। ਇਸ ਤੋਂ 7ਵੀਂ 8ਵੀਂ ਅੱਜ ਵੀ ਕੋਈ ਸਵੇਰੇ ਰੱਖ ਲਓ, ਕੋਈ ਮਨਾ ਨਹੀਂ, ਮਗਰ ਅੜਫੇ ਦਾ ਰੋਜ਼ਾ ਜਿਹੜਾ 9 ਤਾਰੀਖ 9ਵੀਂ ਦਾ ਰੋਜ਼ਾ ਮਿਲ ਗਿਆ, ਉਹ ਅਜੇ ਇੱਕ ਜੁਮਾ ਰਹਿੰਦਾ ਸੀ। ਚਲੋ 9ਵੀਂ ਦਾ ਰੋਜ਼ਾ ਹੈ, ਸ਼ਾਮ ਤੱਕ ਠੀਕ ਆ, ਮਗਰਬ ਤੱਕ ਹੁੰਦਾ ਹੁੰਦਾ ਇਹ ਵੀ। ਅੱਲਾਹ ਦੇ ਰਸੂਲ ਸਲਮ ਖੈਰ ਜੁਮਾ ਕਗਰਾ ਪਿਆ ਗਿਆ ਇਨਸ਼ਾਅੱਲਾ, ਕਿ ਯੌਮ ਅਰਫਾ ਜਿਹੜਾ ਆ ਰਿਹਾ ਨਾ 9 ਤਾਰੀਖ ਹੁੰਦੀ ਈਦ ਤੋਂ ਪਹਿਲਾਂ, ਜਿੱਦਣ ਲੋਕ ਮੈਦਾਨ ਅਰਫਾ 'ਚ ਹੁੰਦੇ। ਇਹਦਾ ਰਸੂਲ ਕਰੀਮ ਅਲੈਹ ਸਲਾਮ ਨੇ ਬਹੁਤ ਸਵਾਬ ਬਿਆਨ ਸੁਣਿਆ, ਢਿੱਲ ਨਾ ਕਰਿਆ ਕਰੋ, ਕੰਮ ਥੋੜ੍ਹਾ ਹੁੰਦਾ ਅਜਰ ਜ਼ਿਆਦਾ। ਫਰਮਾਇਆ ਯੌਮ ਅਰਫਾ ਦਾ ਰੋਜ਼ਾ ਜਿਹੜਾ ਇਹਦੇ ਨਾਲ ਪਿਛਲਾ ਸਾਲ ਜਿਹੜਾ ਗੁਜ਼ਰ ਗਿਆ ਅਤੇ ਅਗਲੇ ਸਾਲ ਦੀ ਜਿਹੜੀ ਝੜਕੋ ਗਲਤੀਆਂ ਆਉਣੀਆਂ, ਅੱਲਾਹ ਇਸ ਰੋਜ਼ੇ ਦੇ ਸਦਕਿਓ ਮਾਫ਼ ਕਰ ਬਖਸ਼। ਇਸ ਤੋਂ ਇੱਕ ਦਿਨ ਕੋਸ਼ਿਸ਼ ਕਰੋ ਕਿ ਲੋਕ ਇਹ ਸਾਰੇ ਰੋਜ਼ਾ ਰੱਖਣ, ਵਰਨਾ ਪੂਰੇ 9 ਦਿਨ ਵੀ ਜਿਹੜਾ ਉਹ ਅੱਲਾ ਦਿਨ ਇੱਕ ਬੰਦੇ ਨੇ ਲਿਖੇ, ਮਗਰ ਉਹਦੀ ਰਵਾਇਤਾਂ ਇੰਨੀਆਂ ਪੱਕੀਆਂ ਨਹੀਂ। 9ਵੀਂ ਦਾ ਰੋਜ਼ਾ ਜਿਹੜਾ ਇਹਦੇ ਵੱਲ ਜ਼ਰੂਰ ਧਿਆਨ ਕਰਨਾ, ਜੇ ਪੂਰੀ ਤਵੱਜੋ ਨਾਲ ਹਾਂ ਰੋਜ਼ੇ ਰੱਖਣੇ ਚਾਹੀਦੇ। ਇਹ ਜਿਹੜੇ ਦਿਨ 9 ਹੀ ਹਨ, ਇਹਨਾਂ ਦੇ 9 ਹੀ ਅਗਰ ਕੋਈ ਰੱਖ ਜਾਏ ਤਾਂ ਬੜੀ ਵੱਡੀ ਗੱਲ ਹੈ, ਕਿਉਂਕਿ ਅੱਲਾ ਦੇ ਰਸੂਲ ਸਲਾਮ ਨੇ ਫਰਮਾਇਆ ਕਿ ਜਿਹੜੇ ਇਹਨਾਂ ਦਿਨ, ਇਹਨਾਂ ਦੇ ਅੰਦਰ ਕੀਤੀ ਨੇਕੀ ਸਾਲ ਦੇ ਸਾਰੇ ਦਿਨਾਂ ਤੋਂ ਅਫਸਰ ਲਾ ਲਾ, ਬਾਕੀ ਇੱਕ ਪਹਿਲਾ ਔਰ 9ਵਾਂ ਜਿਹੜਾ ਇਹ ਵਿਚਾਰਾ ਕਰੋ ਨਾ ਕਿ ਸ਼ੁਰੂ ਹੀ ਹੋਵੇ ਨਾ ਦਿਨ ਹੱਜ ਦਾ ਪਹਿਲਾ, ਬਿਸਮਿਲਾ ਕਰ ਦਿਓ, ਇੱਕ ਰੋਜ਼ਾ ਹੋ ਜਾਏ, ਔਰ ਇੱਕ 9ਵੀਂ ਦਾ ਰੱਖ ਲਓ। 9ਵੀਂ ਦਾ ਅੱਲਾ ਦੇ ਰਸੂਲ ਸਲਾਮ ਫਰਮਾਇਆ ਨਾ ਇੱਕ ਸਾਲ ਪਿਛਲਾ ਅਤੇ ਇੱਕ ਆਉਣ ਵਾਲਾ, ਅੱਲਾ ਇਹਦੀਆਂ ਗਲਤੀਆਂ ਮਾਫ਼ ਕਰ ਦਿੰਦਾ। ਹਾਂ, ਤੋ ਦਿਨ ਵੀ ਹੁਣ ਐਸੇ ਆ ਅਲ ਗਨੀਮਤ ਉਲ ਬਾਹਰ ਦਾ, ਜਿਵੇਂ ਆਉਂਦਾ ਕਿ ਸਰਦੀ ਦੇ ਦਿਨਾਂ 'ਚ ਰੋਜ਼ੇ ਜਿਹੜੇ ਉਹ ਮੁਫਤ ਦੀ ਮਾਰੇ ਗਨੀਮਤ ਹੈ, ਕੋਈ ਤਕਲੀਫ਼ ਨਹੀਂ, ਨਾ ਕੋਈ ਰੋਟੀ ਨੂੰ ਜੀ ਕਰਦਾ, ਨਾ ਕੋਈ ਭੁੱਖ ਨਾ ਤੇ, ਬਾਕੀ ਜਿਹੜੇ ਨੀਤ ਆ ਰਹੇ ਅੱਲਾਹ ਤਾਲਾ ਉਹਨਾਂ 'ਤੇ ਰਹਿਮ ਫਰਮਾਏ, ਹਿੰਮਤ ਕਰ ਲੈ ਅਤੇ ਰੱਬ ਬੇੜਾ ਬੰਨੇ ਲਾਉਂਦਾ। 9ਵੀਂ ਤਾਰੀਖ ਰੋਜ਼ਾ ਰੱਖ ਕੇ ਸ਼ੁਰੂ ਕਰੋ, ਰਾਤ ਹੀ ਰੋਜ਼ਾ ਰੱਖੋ, ਕਿਉਂਕਿ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਇਸ ਬਾਰੇ ਜਿਹੜੀ ਖਬਰ ਸੁਣਾਈ ਹੈ, ਬਹੁਤ ਆਲਾ, ਥੋੜ੍ਹੀ ਜਿਹੀ ਮਿਹਨਤ ਅਤੇ ਅਜਰ ਬੜਾ, ਕਿ ਮੈਂ ਅਰਫੇ ਦੇ ਰੋਜ਼ੇ ਦੇ ਬਾਰੇ 'ਚ ਅੱਲਾਹ ਦੀ ਰਹਿਮਤ ਉਮੀਦ ਰੱਖਦਾ ਕਿ ਸਨਾ ਤਮ ਮਾਜ਼ੀਆ ਤਮਾਂ ਮੁਸਤਕਬਲਾ, ਜਿਹੜਾ ਸਾਲ ਗੁਜ਼ਰ ਗਿਆ ਉਹਦੇ ਵੀ ਗੁਨਾਹ ਬਖਸ਼ੇ ਜਾਣਗੇ ਅਤੇ ਆਉਣ ਵਾਲੇ ਦੇ ਬਖਸ਼ੇ ਜਾਣਗੇ, ਹਿੰਮਤ ਕਰਨੀ ਹੈ। ਤੋ ਇਸ ਤੋਂ ਇੱਕ ਇਬਾਦਤ ਤੇ ਤੁਸੀਂ ਹੁਣ ਸੁਣ ਲਈ, ਜਿਹਦੇ ਲਈ ਤਿਆਰੀ ਕਰਨੀ ਹੈ, ਅੱਲਾਹ ਤੌਫੀਕ ਦੇ ਤਾਂ ਨਾਗਾ ਨਹੀਂ ਕਰਨਾ, ਬੇ ਅਰਫੇ ਦੇ ਦਿਨ ਦਾ ਰੋਜ਼ਾ ਰੱਖਣਾ। ਇਸ ਬਾਰੇ ਕਈ ਲੋਕਾਂ ਕੋਲ ਮੈਂ ਸੁਣਿਆ, ਕੁਛ ਬੱਚੀਆਂ ਵੀ ਇਹੋ ਜਿਹੇ ਤਬਲੀਗ ਕਰਦੀਆਂ ਵੀ ਇਕੱਲਾ ਰੋਜ਼ਾ ਨਹੀਂ ਰੱਖਣਾ ਚਾਹੀਦਾ, ਦੋ ਰੱਖਣਾ, ਇਹ ਗਲਤ ਆਉਂਦੇ, ਇਹਦਾ ਹੁਕਮ ਨਹੀਂ। ਉਹ ਅਸ਼ੂਰੇ ਦੇ ਰੋਜ਼ੇ ਦਾ ਰਸੂਲ ਕਰੀਮ ਅਲੈਹਿ ਸਲਾਮ ਨੇ ਫਰਮਾਇਆ ਵੀ ਉਹ ਇਕੱਲਾ ਰੋਜ਼ਾ ਨਾ ਰੱਖੋ, 9 ਔਰ 10 ਦਾ ਰੱਖੋ, ਇਹ ਇਕੱਲਾ ਹੀ ਹੈ, ਇਹਦੇ ਨਾਲ ਕੋਈ ਹੋਰ ਵਜ੍ਹਾ ਨਹੀਂ। ਉਹ ਵੀ ਯਹੂਦ ਦੇ ਤਸ਼ੱਬੋ ਪਰੋਂ ਵੀ ਉਹ ਕਾਫਿਰ ਰੱਖਦੇ ਸੀ, ਹਜ਼ੂਰ ਨੇ ਆਖਿਆ ਉਹਨਾਂ ਨਾਲ ਫਰਕ ਪਾਉਣ ਲਈ ਰੱਖ ਲਓ, ਵਰਨਾ ਇੱਕੋ ਰੋਜ਼ਾ ਠੀਕ ਹੈ, ਕੋਈ ਦੂਸਰੇ ਰੋਜ਼ੇ ਦੀ ਲੋੜ ਨਹੀਂ, ਅਰਫੇ ਦੇ ਦਿਨ ਦਾ ਰੋਜ਼ਾ।